ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਪਹੁੰਚੇ ਹਾਂ ਕਟਾਣਾ ਸਾਹਿਬ ਹੁੰਦੇ ਹੋਏ ਜੀ ਗੁਰਦੁਆਰਾ ਰੇਰੂ ਸਾਹਿਬ ਵਿਖੇ ਜੀ। ਪਾਤਸ਼ਾਹੀ ਦਸਵੀਂ ਜਦੋਂ ਉੱਚਤਾ ਪੀਰ ਬਣ ਕੇ ਮਛਵਾੜਾ ਸਾਹਿਬ ਤੋਂ ਨਿਕਲੇ ਸਨ ਤਾਂ ਕਟਾਣਾ ਸਾਹਿਬ ਹੁੰਦੇ ਹੋਏ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਵੀ ਆਏ ਸਨ ਜੀ। ਇਸ ਜਗ੍ਹਾ ਦੇ ਉੱਤੇ ਇੱਕ ਰੇਰੂ ਦਾ ਦਰਖਤ ਲੱਗਿਆ ਹੁੰਦਾ ਸੀਗਾ ਜੀ। ਪਾਤਸ਼ਾਹ ਉਸ ਦੇ ਥੱਲੇ ਬੈਠੇ ਸੀ। ਇੱਕ ਨਾ ਜਗਤੀਆ ਨਾਮ ਦਾ ਵਿਅਕਤੀ ਸੀਗਾ ਜੀ, ਉਹ ਰੰਗਜੇਬ ਦਾ ਬੰਦਾ ਸੀਗਾ ਅਤੇ ਉਹ ਸਾਰੇ ਪਿੰਡ ਤੋਂ ਮਾਮਲਾ ਲੈਂਦਾ ਹੁੰਦਾ ਸੀ। ਉਹਦਾ ਜਿਹੜਾ ਭਤੀਜਾ ਸੀਗਾ ਉਹਨੂੰ ਜਦੋਂ ਪਤਾ ਲੱਗਾ ਵੀ ਪਾਤਸ਼ਾਹ ਇਸ ਸਥਾਨ 'ਤੇ ਆਏ ਹੋਏ ਨੇ, ਬੈਠੇ ਨੇ ਇਸ ਸਥਾਨ ਦੇ ਉੱਤੇ, ਤਾਂ ਉਹ ਪਾਤਸ਼ਾਹ ਲਈ ਦੁੱਧ ਲੈ ਕੇ ਆਇਆ ਸੀਗਾ। ਅਤੇ ਪਾਤਸ਼ਾਹ ਨੇ ਪੁੱਛਿਆ, ਭਾਈ ਤੇਰਾ ਕੀ ਨਾਮ ਆ? ਕਹਿੰਦਾ ਜੀ ਸਾਰਾ ਪਿੰਡ ਮੈਨੂੰ ਭਾਰਾ ਮੱਲ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਵੀ ਤੂੰ ਵਾਕਈ ਯਾਰ ਬਹੁਤ ਭਾਰਾ ਆ। ਅਤੇ ਉਹਨੂੰ ਵਰ ਦਿੱਤਾ ਸੀ ਵੀ ਤੇਰਾ ਭਾਈ ਕੁੱਲ ਬਹੁਤ ਵਧੇਗੀ, ਜਿਹੜੀ ਮਾਂਗਟ ਗੋਤ ਨਾਲ ਸੰਬੰਧ ਰੱਖਦੀ ਸੀ ਜੀ। ਅਤੇ ਇਹ ਉੱਚਾ ਸੋਹਣਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜਿਸ ਜਗ੍ਹਾ ਦੇ ਉੱਤੇ ਸਾਡੇ ਪਾਤਸ਼ਾਹ ਨੇ ਕੁਛ ਦੇਰ ਬੈਠੇ ਸੀ, ਆਰਾਮ ਕੀਤਾ ਸੀਗਾ ਜੀ, ਇਸ ਜਗ੍ਹਾ ਨੂੰ ਭਾਗ ਲਾਏ ਸਨ ਜੀ। ਆ ਜਾਓ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਜੀ, ਦਰਸ਼ਨ ਕਰਦੇ ਹਾਂ ਅੰਦਰ ਤੋਂ ਵੀ ਗੁਰਦੁਆਰਾ ਸਾਹਿਬ ਦੇ ਜੀ। ਬਾਬਾ ਅਤਰ ਸਿੰਘ ਜੀ ਵੀ ਇਸ ਸਥਾਨ ਦੇ ਉੱਤੇ ਰਹੇ ਨੇ ਜੀ, ਉਹਨਾਂ ਦਾ ਵੀ ਜਗ੍ਹਾ ਬਣੀ ਹੋਈ ਆ ਜੀ। ਇਹ ਬਣਿਆ ਹੋਇਆ ਜੀ ਇਸ ਪਾਸੇ ਲੰਗਰ ਹਾਲ, ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਹ ਆ ਜੀ ਗੁਰੂ ਕਾ ਲੰਗਰ। ਆਪਾਂ ਜੀ ਸਥਾਨ ਦੇ ਦਰਸ਼ਨ ਕਰ ਲਏ ਨੇ, ਹੁਣ ਆਪਾਂ ਚੱਲਦੇ ਹਾਂ ਅਗਲੇ ਸਥਾਨ ਵੱਲ ਨੂੰ। ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰ ਦਿਉ, ਵੀਡੀਓ ਨੂੰ ਲਾਈਕ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਬਣੇ ਰਹੋ ਸਾਡੇ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਆਪਾਂ ਪਹੁੰਚੇ ਹਾਂ ਜੀ ਪਿੰਡ ਕਨੇਚ ਵਿਖੇ ਗੁਰਦੁਆਰਾ ਸਾਹਿਬ ਆ ਸ਼੍ਰੀ ਮੰਜੀ ਸਾਹਿਬ ਜੀ ਦਸਵੇਂ ਪਾਤਸ਼ਾਹ ਜਦੋਂ ਉੱਚਦਾ ਪੀਰ ਬਣ ਕੇ ਮਾਛੀਵਾੜਾ ਸਾਹਿਬ ਤੋਂ ਚੱਲੇ ਆ ਨਾ ਤਾਂ ਕਟਾਣਾ ਸਾਹਿਬ ਹੁੰਦੇ ਹੋਏ ਪਾਤਸ਼ਾਹ ਫਿਰ ਰੇਰੂ ਸਾਹਿਬ ਫਿਰ ਇਸ ਸਥਾਨ ਉੱਤੇ ਪਹੁੰਚੇ ਸਨ ਜੀ ਇਸ ਉੱਤੇ ਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਹੁਤ ਵੱਡਾ ਸੇਵਕ ਸੀ ਫੱਤਾ ਜੱਟ ਉਹ ਅਨੰਦਪੁਰ ਸਾਹਿਬ ਜਾਂਦਾ ਹੁੰਦਾ ਸੀਗਾ ਪਾਤਸ਼ਾਹ ਦੇ ਕੋਲ ਅਤੇ ਪਾਤਸ਼ਾਹ ਜਦੋਂ ਉਰੇ ਪਹੁੰਚੇ ਨੇ ਤਾਂ ਪਾਤਸ਼ਾਹ ਪਲੰਘ ਦੇ ਉੱਤੇ ਸਵਾਰ ਸਨ ਤਾਂ ਪਾਤਸ਼ਾਹ ਫੱਤਾ ਜੱਟ ਪਾਤਸ਼ਾਹ ਦੇ ਕੋਲ ਆਇਆ ਪਾਤਸ਼ਾਹ ਨੇ ਕਿਹਾ ਫੱਤੇ ਨੂੰ ਵੀ ਫੱਤੇ ਵੀ ਤੂੰ ਆਪਣੀ ਘੋੜੀ ਦੇ ਮੈਨੂੰ ਕੁਛ ਦੇਣ ਲਈ ਵੀ ਜਦੋਂ ਉਚਿਤ ਪ੍ਰਬੰਧ ਹੋ ਗਿਆ ਤੇਰੀ ਘੋੜੀ ਤੈਨੂੰ ਵਾਪਸ ਕਰ ਦੇਵਾਂਗੇ ਅਸੀਂ ਜਿਹੜੀ ਫੱਤੇ ਨੂੰ ਤਾਂ ਤਾਪ ਚੜ੍ਹ ਗਿਆ ਵੀ ਪਾਤਸ਼ਾਹ ਨੇ ਇਹ ਕੀ ਗੱਲ ਕਹਿਤੀ ਹੈ ਨਾ ਵੀ ਮੈਂ ਤੂੰ ਘੋੜੀ ਕਾਹਤੇ ਮੰਗ ਲਈ ਉਹ ਬਹਾਨੇ ਬਣਾਉਣ ਲੱਗ ਗਿਆ ਜਿਹੜੀ ਫੱਤੇ ਜੱਟ ਨੇ ਪਾਤਸ਼ਾਹ ਨੂੰ ਘੋੜੀ ਦਿੱਤੀ ਨਹੀਂ ਜੀ ਅਤੇ ਇੱਕ ਛੋਟੀ ਜਿਹੀ ਘੋੜੀ ਮਹਾਰਾਜ ਅੱਗੇ ਲਿਆਇਆ ਕਹਿੰਦੇ ਮਹਾਰਾਜ ਜੀ ਆਹ ਲਓ ਮਹਾਰਾਜ ਕਹਿੰਦੇ ਇਹ ਨਹੀਂ ਫੱਤੇ ਜਿਹੜੀ ਘੋੜੀ 'ਤੇ ਤੂੰ ਸਵਾਰ ਹੋ ਕੇ ਜਾਂਦਾ ਵੀ ਉਹ ਘੋੜੀ ਦੇ ਸਾਨੂੰ ਹੈ ਨਾ ਅਤੇ ਜਾਣੀ ਉਹ ਬੰਦਾ ਟਾਲਾ ਮਟੋਲ ਕਰਦਾ ਰਿਹਾ ਬੰਦੇ ਨੇ ਪਾਤਸ਼ਾਹ ਨੂੰ ਘੋੜੀ ਦਿੱਤੀ ਨਹੀਂ ਪਾਤਸ਼ਾਹ ਕਹਿੰਦੇ ਫੱਤੇ ਨਾ ਤਾਂ ਤੂੰ ਰਹਿਣਾ ਆ ਅਤੇ ਨਾ ਰਹਿਣੀ ਆ ਤੇਰੀ ਘੋੜੀ ਫੱਤਾ ਮੂੰਹ ਲਮਕਾ ਕੇ ਘਰ ਨੂੰ ਵਾਪਸ ਚਲਾ ਗਿਆ ਜੀ ਅਤੇ ਜਾ ਕੇ ਉਹਨੇ ਦੇਖਿਆ ਤਾਂ ਘੋੜੀ ਮਰੀ ਪਈ ਸੀਗੀ ਸੱਪ ਦੇ ਡੱਸਣ ਕਾਰਨ ਉਹਨੇ ਠੁੱਡਾ ਮਾਰ ਕੇ ਠਾਲਣ ਦੀ ਕੋਸ਼ਿਸ਼ ਕੀਤੀ ਵੀ ਚੱਲ ਉਹਨੂੰ ਬਾਹਰ ਬੰਨ ਦਿੰਦੇ ਹਾਂ ਹੈ ਨਾ ਜਦੋਂ ਠੁੱਡਾ ਮਾਰਨ ਲੱਗਿਆ ਉਹਦੇ ਤਾਂ ਨਾਗ ਨੇ ਉਹਨੂੰ ਵੀ ਡੱਸ ਲਿਆ ਅਤੇ ਫੱਤਾ ਵੀ ਉੱਥੇ ਹੀ ਜੀ ਮੌਤ ਹੋ ਗਈ ਫੱਤੇ ਦੀ ਮਰ ਗਿਆ ਫੱਤਾ ਵੀ ਉਸੇ ਜਗ੍ਹਾ ਦੇ ਉੱਤੇ ਜੀ ਪਾਤਸ਼ਾਹ ਨੇ ਫਿਰ ਅੱਗੇ ਰੇਰੂ ਸਾਹਿਬ ਵੱਲੀ ਨੂੰ ਜੀ ਸਾਹਨੇ ਵਾਲ ਨੂੰ ਚਾਲੇ ਪਾਏ ਪਾ ਦਿੱਤੇ ਸੀਗੇ ਜੀ ਆ ਜਾਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਅੰਦਰ ਚੱਲ ਕੇ ਜੀ ਇਹ ਉੱਪਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ ਜਦੋਂ ਆਪਾਂ ਅੰਦਰ ਐਂਟਰ ਹੁੰਦੇ ਹਾਂ ਤਾਂ ਥੱਲੇ ਆ ਜੀ ਇਹ ਬਣਿਆ ਹੋਇਆ ਲੰਗਰ ਹਾਲ ਇਹਦੇ ਵਿੱਚ ਕਿਸੇ ਨੇ ਪ੍ਰੋਗਰਾਮ ਵਗੈਰਾ ਵੀ ਕੋਈ ਕਰਨਾ ਹੋਵੇ ਧਾਰਮਿਕ ਹੈ ਨਾ ਉਹ ਵੀ ਕਰ ਸਕਦਾ ਆ ਜੀ ਪਾਠੀ ਸਿੰਘ ਦੀ ਰਿਹਾਇਸ਼ ਵੀ ਆ ਇਹਦੇ ਵਿੱਚ ਇਹ ਆ ਜੀ ਬਣਿਆ ਹੋਇਆ ਲੰਗਰ ਹਾਲ ਇੱਥੇ ਤੁਸੀਂ ਜੋੜਾ ਵਗੈਰਾ ਲਾ ਸਕਦੇ ਹੋ ਜੀ ਜੋੜਾ ਲਾ ਕੇ ਉਰੇ ਪੈਰ ਧੋ ਕੇ ਫਿਰ ਉੱਤੇ ਨੂੰ ਤੁਸੀਂ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਜੀ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਆਪਾਂ ਦਰਸ਼ਨ ਕਰ ਲਏ ਜੀ ਗੁਰਦੁਆਰਾ ਰੇਰੂ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਜੀ ਹੁਣ ਆਪਾਂ ਦਰਸ਼ਨ ਕਰਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਸਥਾਨ ਦੇ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ